ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸੋ ਅੱਜ ਪੰਜਾਬ ਸਰਕਾਰ ਵੱਲੋਂ ਆਪਣਾ 2024 ਤੇ 25 ਵਿੱਤੀ ਬਰੇ ਦਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਇਹ ਬਜਟ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਗਿਆ ਤੇ ਇਸ ਬਜਟ ਦੇ ਵਿੱਚ ਵੱਖ-ਵੱਖ ਜਿਹੜੇ ਵਿਭਾਗ ਨੇ ਉਹਨਾਂ ਦੇ ਵਿਕਾਸ ਅਤੇ ਹੋਰ ਕਮਾ ਦੇ ਲਈ ਇਹ ਜਿਹੜਾ ਬਜਟ ਹੈ ਸਾਲਾਨਾ ਬਜਟ ਉਹਨਾਂ ਵੱਲੋਂ ਪੜ ਕੇ ਵਿਧਾਨ ਸਭਾ ਦੇ ਵਿੱਚ ਸੁਣਾਇਆ ਗਿਆ ਹੈ ਸੋ ਆਪਣੇ ਚੈਨਲ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਾਂਗੇ ਵੀ ਬਜਟ ਦੇ ਵਿੱਚ ਕਿਹੜੀ-ਕਿਹੜੀਆਂ ਤਸਵੀਜ਼ਾਂ ਰੱਖੇਗੇ ਨੇ ਸਭ ਤੋਂ ਪਹਿਲਾਂ ਖੇਤੀਬਾੜੀ ਦੀ ਗੱਲ ਕਰੀਏ ਤੇ 13900 84 ਜਿਹੜਾ ਕਰੋੜ ਰੁਪਈਆ ਉਹ ਖੇਤੀਬਾੜੀ ਦੇ ਵਿਕਾਸ ਦੇ ਕੰਮਾਂ ਦੇ ਲਈ ਰੱਖਿਆ ਗਿਆ ਤੇ ਫਸਲੀ ਵਿਭਿੰਨਤਾ ਦੀ ਗੱਲ ਕਰੀਏ ਤੇ 575 ਕਰੋੜ ਰੁਪਈਆ ਫਸਲੀ ਵਿਭਿੰਨਤਾ ਲਈ ਮੁਫਤ ਬਿਜਲੀ ਸਹੂਲਤ ਦੇ ਲਈ 9330 ਕਰੋੜ ਜਿਹੜਾ ਹੈਗਾ ਬਜਟ ਦੇ ਵਿੱਚ ਤਸਵੀਜ਼ ਰੱਖੀ ਗਈ ਹੈ ਜੇਕਰ ਗੱਲ ਕਰੀਏ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਸ ਦੀ ਸੁਰੱਖਿਆ ਲਈ ਵੀ ਸਰਕਾਰ ਵੱਲੋਂ ਯਤਨਸ਼ੀਲ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਭਗਵੰਤ ਮਾਨ ਸਰਕਾਰ ਵੱਲੋਂ ਸੋ 194 ਜਿਹੜਾ ਕਰੋੜ ਰੁਪਈਆ ਇਹਨਾਂ ਸਕੀਮਾਂ ਦੇ ਉੱਪਰ ਲਾਇਆ ਜਾਏਗਾ ਵਕ ਵਕ ਤਾਂ ਜੋ ਜਿਹੜੇ ਕਿਸਾਨ ਨੇ ਉਹ ਇਹਨਾਂ ਫਸਲਾਂ ਦੇ ਨੂੰ ਬੀਜੇ ਹੋਏ ਪਾਣੀ ਦੀ ਜਿਹੜੀ ਆ ਉਹ ਬਚਤ ਕਰ ਸਕਣ ਇਸ ਦੇ ਨਾਲ ਹੀ ਪਸ਼ੂ ਪਾਲਣ ਡੈਰੀ ਮੱਛੀ ਪਾਲਣ ਵਿਭਾਗ ਦੇ ਲਈ 326 ਜਿਹੜੇ ਨੇ ਵੈਟਰਨਰੀ ਅਫਸਰ ਜਿਹੜੇ ਸਰਕਾਰ ਵੱਲੋਂ ਭਰਤੀ ਕੀਤੇ ਕੇਸਾਂ ਚੀਮਾ ਨੇ ਦੱਸਿਆ ਵੀ ਇਹਨਾਂ ਨੂੰ ਭਰਤੀ ਕਰਨ ਤੋਂ ਬਾਅਦ ਕਾਫੀ ਹੱਦ ਤੱਕ ਇਸ ਵਿਭਾਗ ਦੇ ਵਿੱਚ ਸੁਧਾਰ ਹੋਏ ਨੇ ਉਸ ਵਾਰ ਫਲਕਾਰੀ ਜਿਹੜਾ ਮਿਸ਼ਨ ਹੈ ਸਰਕਾਰ ਵੱਲੋਂ ਇੱਕ ਸ਼ੁਰੂ ਕੀਤਾ ਗਿਆ ਸੀ ਕਿ ਕਿਉਂਕਿ ਆਧੁਨਿਕ ਟੈਕਨੋਲੋਜੀ ਦੇ ਚਲਦਿਆਂ ਜਿਹੜੀ ਸਕਲਾਈ ਫਲਕਾਰੀ ਨੂੰ ਦਿੱਤੀ ਜਾ ਰਹੀ ਹੈ ਉਸ ਦੇ ਅ ਲਈ ਵੀ ਜਿਹੜਾ ਹੈਗਾ ਖਰਚੇ ਰੱਖੇ ਗਏ ਨੇ ਤੇ ਨਾਲ ਹੀ ਗੰਨਾ ਉਤਪਾਦਨ ਦੀ ਗੱਲ ਕਰੀਏ ਤੇ 487 ਕਰੋੜ ਰੁਪਏ ਜਿਹੜੇ ਖਰਚੇ ਗਏ ਸਨ ਤੇ ਇਸ ਵਾਰ ਨਵੇਂ ਬਰੇ ਦੇ ਵਿੱਚ 390 ਕਰੋੜ ਰੁਪਏ ਰੱਖੇ ਗਏ ਨੇ ਸਹਿਕਾਰੀ ਸਭਾਵਾਂ ਤੇ ਬੈਂਕਾਂ ਦਾ ਕੰਪਿਊਟਰ ਕਰਨ ਵਿੱਚ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੋ ਇਸ ਦੇ ਲਈ 50 ਕਰੋੜ ਰੁਪਏ ਦਾ ਬਜਟ ਇਸ ਸਰਕਾਰ ਵੱਲੋਂ ਰੱਖਿਆ ਗਿਆ ਹੈ ਜਗਲਾਤ ਵਿਭਾਗ ਦੀ ਗੱਲ ਕਰੀਏ ਤੇ 500 ਦੇ ਪਹਿਲਾ ਬਜਟ ਦੇ ਵਿੱਚ ਤਜਵੀਜ਼ਾ ਸਜਵੇਂ ਇਸ ਵਾਰ 263 ਕਰੋੜ ਰੁਪਇਆ ਜਿਹੜਾ ਹੈਗਾ ਜੰਗਲਾਤ ਵਿਭਾਗ ਦਿੱਲੀ ਰੱਖਿਆ ਗਿਆ ਸਿੱਖਿਆ ਖੇਤਰ ਦੀ ਗੱਲ ਕਰੀਏ ਕਿਉਂਕਿ ਸਿੱਖਿਆ ਖੇਤਰ ਇੱਕ ਅਹਿਮ ਖੇਤਰ ਹੈ ਤੋਂ ਸਭ ਤੋਂ ਵੱਡਾ ਜਿਹੜਾ ਵਿਭਾਗ ਵੀ ਸਿੱਖਿਆ ਭਾਗ ਮੰਨਿਆ ਜਾਂਦਾ ਹੈ ਸੋ ਇਸ ਦੇ ਲਈ 12316 ਜਿਹੜੇ ਅਧਿਆਪਕ ਨੇ ਉਹ ਦੱਸਿਆ ਚੀਮਾ ਨੇ ਵੀ ਭਰਤੀ ਕੀਤੀ ਗਏ 9000 ਅਧਿਆਪਕਾਂ ਦੀ ਭਰਤੀ ਕੀਤੀ ਗਈ 12000 ਜਿਹੜੇ ਇੰਟਰਨੈਟ ਸਮਾਵਾ ਸਕੂਲਾਂ ਦੇ ਵਿੱਚ ਪ੍ਰਦਾਨ ਕੀਤੀ ਗਈਆਂ 4000 ਸਕੂਲਾਂ ਦੀ ਬਰਮਤ ਕੀਤੀ ਗਈ ਹੈ 16900 67 ਕਰੋੜ ਦਾ ਜਿਹੜਾ ਬਜਟ ਹੈ ਸਿੱਖਿਆ ਦੇ ਵਿਕਾਸ ਲਈ ਰੱਖਿਆ ਗਿਆ ਚੀਮਾ ਨੇ ਬੋਲਦਿਆ ਕਿ ਆ ਵੀ ਜਿਹੜੇ ਐਮੀਨਸ ਸਕੂਲ ਨੇ 118 ਸਕੂਲ ਐਮੀਨਸ ਸਰਕਾਰ ਵੱਲੋਂ ਬਣਾਏ ਜਾ ਰਹੇ ਨੇ ਜਿਨ੍ਹਾਂ ਵਿੱਚੋਂ 14 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ 100 ਕਰੋੜ ਰੁਪਇਆ ਇਸ ਦੇ ਵਿਕਾਸ ਲਈ ਰੱਖਿਆ ਗਿਆ ਇਸ ਦੇ ਨਾਲ ਹੀ ਬ੍ਰੀਲੀਅਨ ਜਿਹੜੇ ਸਕੂਲ ਨੇ ਉਹਨਾਂ ਲਈ 10 ਕਰੋੜ ਤਕਨੀਕੀ ਹਨਰ ਦਿੱਤਾ ਜਾ ਰਿਹਾ ਸਕੂਲਾਂ ਚ ਉਹਦੇ ਲਈ 10 ਕਰੋੜ ਰੱਖੇ ਗਏ ਨੇ ਸਕੂਲ ਆਫ ਹੈਪੀਨੈਸ ਜਿਹੜੇ ਬਣਾਏ ਗਏ ਨੇ ਛੋਟੇ ਬੱਚਿਆਂ ਦੇ 10 ਕਰੋੜ ਰੁਪਏ ਉਸ ਲਈ ਰੱਖੇ ਨੇ ਮਿੱਡੇ ਬੀਨ ਲਈ 467 ਕਰੋੜ ਦਾ ਜਿਹੜਾ ਬਜਟ ਹੈ ਉਹ 2024 ਪੱਛੀ ਲਈ ਰੱਖਿਆ ਗਿਆ ਤੇ ਵਰਦੀਆਂ ਦੇ ਲਈ ਵੀ ਜਿਹੜਾ 35 ਕਰੋੜ ਦਾ ਬਜਟ ਤਸਵੀਜ਼ ਵਿੱਚ ਹੈ ਸੋ ਮੰਡੀਆਂ ਦੀ ਗੱਲ ਕਰੀਏ ਮੰਡੀਆਂ ਨੂੰ ਰਾਈਸ ਮਿਲ ਨਾਲ ਜੋੜਨ ਦੇ ਲਈ 1072 ਕਰੋੜ ਰੁਪਏ ਨੇ ਜਿਹੜੇ ਨੇ ਉਹ ਰੱਖੇ ਗਏ ਨੇ ਮਾਰਕਫੈਟ ਦੀ ਗੱਲ ਕਰੀਏ ਤਾਂ ਮਾਰਕਫੈਟ ਵਿੱਚ 800 ਮਾਡਲ ਜਿਹੜੀ ਸ਼ਾਪ ਬਣਾਉਣ ਦੀ ਗੱਲ ਜਿਹੜੀ ਉਹ ਕਹੀ ਗਈ ਹੈ ਇਹ ਰਾਸ਼ਨ ਦੇਣ ਦੇ ਲਈ ਘਰ ਘਰ ਰਾਸ਼ਨ ਪਹੁੰਚਾਉਣ ਦਾ ਜਿਹੜਾ ਸਰਕਾਰ ਨੇ ਯੋਗ ਪ੍ਰਾਲਾ ਵਿਢਿਆ ਉਸ ਲਈ 2.5 ਕਰੋੜ ਦਾ ਬਜਟ ਰੱਖਿਆ ਗਿਆ ਹੈ ਤਹਿਸੀਲਾਂ ਤੇ ਸਭ ਡਿਵੀਜ਼ਨਾਂ ਦੇ ਵਿੱਚ ਨਵੀਂ ਇਮਾਰਤ ਤੇ ਮਰਮਮਤ ਦੇ ਲਈ 50 ਕਰੋੜ ਰੁਪਏ ਦਾ ਜਿਹੜਾ ਬਜਟ ਦੇ ਵਿੱਚ ਰੱਖਿਆ ਗਿਆ ਤੇ ਨਾਲ ਹੀ ਰੱਖਿਆ ਸਮਾਵਾ ਭਗ ਦੀ ਗੱਲ ਕਰੀਏ 77 ਕਰੋੜ ਰੁਪਿਆ ਉਸ ਲਈ ਰੱਖਿਆ ਗਿਆ ਤੇ ਐਨ ਆਰ ਆਈ 50 ਕਰੋੜ ਗ੍ਰਹਿ ਤੇ ਨਿਆ ਨਿਆ ਵਿਭਾਗ ਤੇ ਜੇਲ੍ਹਾਂ ਦੇ ਲਈ 10000 235 ਕਰੋੜ ਉਹਨਾਂ ਦੇ ਵਿਕਾਸ ਦੇਲੀ ਜਿਹੜੀ ਤਜ਼ਵੀਜ਼ ਹੈ ਇਸ 2024 ਦੇ ਪੱਛ ਲਈ ਰੱਖੀ ਗਈ ਹੈ ਇਸ ਦੇ ਨਾਲ ਹੀ ਸੜਕਾਂ ਦਾ ਜਿਹੜਾ ਵਿਕਾਸ ਸੜਕਾਂ ਦੇ ਜਾਲ ਦਾ ਵਿਕਾਸ ਪੁਲ ਬਣਾਉਣ ਦੀ ਗੱਲ ਕਰ ਸਰਕਾਰਾਂ ਨੇ ਕਰਨੀ ਹੁੰਦੀ ਹੈ ਡਿਵੈਲਪਮੈਂਟ ਕਰਨੀ ਹੁੰਦੀ ਹੈ ਇਸ ਲਈ ਵੀ 2595 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਉਹ ਰੱਖਿਆ ਗਿਆ ਇਸ ਦੇ ਨਾਲ ਹੀ ਚੀਮਾ ਨੇ ਇਸ ਬਜਟ ਵਿੱਚ ਪੜਦਿਆਂ ਕਿਹਾ ਕਿ ਜਿਹੜੀ ਉਚੇਰੀ ਸਿੱਖਿਆ ਲਈ ਵੀ ਸਰਕਾਰ ਵਚਨਬੱਧਤਾ ਨਿਭਾ ਰਹੀ ਹੈ ਤੇ ਇਸ ਦੱਪੇ ਖੋਰ ਵਧੀਆ ਬਣਾਉਣ ਦੇ ਲਈ ਜਿਹੜੀਆਂ ਕੋਈ ਨੇਕ ਸਲਾਮਾ ਸਾਡੇ ਕੋਲ ਆ ਰਹੀਆਂ ਨੇ ਉਸ ਦੇ ਤਰੀਕੇ ਦੇ ਨਾਲ ਅਸੀਂ ਆਪਣੇ ਸੁਧਾਰ ਕਰ ਰਹੇ ਹਾਂ ਤੋਂ ਇਸ ਵਾਰ 500 ਕਰੋੜ 25 ਲੱਖ ਰੁਪਏ ਜਿਹੜੇ ਨੇ ਇਸ ਦੇ ਸੁਧਾਰ ਲਈ ਰੱਖੇਗੇ ਨੇ ਨਾਲ ਹੀ ਗੱਲ ਕਰੀਏ ਮੈਡੀਕਲ ਸਿੱਖਿਆ ਖੋਜ ਦੀ ਤੋਂ ਸਰਕਾਰੀ ਮੈਡੀਕਲ ਕਾਲਸ ਪਟਿਆਲਾ ਦੇ ਵਿੱਚ ਖੇਡ ਕੰਪਲੈਕਸ ਜਿਹੜਾ ਹੈਗਾ 110 ਕਰੋੜ ਰੁਪਏ ਰੱਖੇਗੇ ਨੇ 1000 133 ਕਰੋੜ ਰੁਪਿਆ ਜਿਹੜਾ ਮੈਡੀਕਲ ਸਿੱਖਿਆ ਤੇ ਖੋਜ ਦੇ ਵਿਕਾਸ ਤੇ ਡਿਵੈਲਪਮੈਂਟ ਲਈ ਰੱਖਿਆ ਗਿਆ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਖੇਤੀਬਾੜੀ ਯੂਨੀਵਰਸਿਟੀ ਦਾ ਅਹਿਮ ਰੋਲ ਰਿਹਾ 700 ਬੀਜਾਂ ਦਾ ਨਿਰਮਾਣ ਕਰਨ ਵਾਲੀ ਲੁਧਿਆਣਾ ਯੂਨੀਵਰਸਿਟੀ ਦੀ ਹਾਲਤ ਤੇ ਉਹਨਾਂ ਨੇ ਬੋਲਦੇ ਕਿ ਆ ਚੀਮਾ ਨੇ ਵੀ ਪਿਛਲੀਆਂ ਸਰਕਾਰਾਂ ਨੇ ਕਿਸੇ ਕਿਸਮ ਦਾ ਕੋਈ ਵੀ ਧਿਆਨ ਨਹੀਂ ਦਿੱਤਾ ਸੋ ਸਾਡੀ ਸਰਕਾਰ ਇਸ ਦੇ ਸੁਧਾਰ ਦੇ ਲਈ ਯਤਨਸ਼ੀਲ ਪਰਾਲੇ ਕਰ ਰਹੀ ਹੈ ਤੇ ਇਸ ਦੀ 40 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਉਹ ਖੇਤੀਬਾੜੀ ਲਈ ਰੱਖਿਆ ਗਿਆ ਖੇਡਾਂ ਤੇ ਯੂਗਸਭਾਵਾਂ ਲਈ ਇਸ ਵਾਰ 142700 22 ਕਰੋੜ ਦਾ ਬਜਟ ਰੱਖਿਆ ਗਿਆ ਤੇ ਨਾਲ ਹੀ ਇਸ ਵਾਰ ਚੀਮਾ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਪ੍ਰਾਪਤੀਆਂ ਕਰਕੇ ਆਏ ਨੇ ਉਹਨਾਂ ਦੀ ਰਾਸ਼ੀ ਦੇ ਵਿੱਚ ਵਾਅਦਾ ਕੀਤਾ ਗਿਆ ਤੇ 11 ਦੇ ਕਰੀਬ ਜਿਹੜੇ ਨੇ ਚੰਗੇ ਜਿਹੜੇ ਸਪੋਰਟਸਮੈਨ ਨੇ ਇੰਟਰਨੈਸ਼ਨਲ ਲੈਵਲ ਦੇ ਪ੍ਰਾਪਤੀਆਂ ਕਰਕੇ ਆਏ ਨੇ ਉਹਨਾਂ ਨੂੰ ਪੀਪੀਐਸ ਦੇ ਜਿਹੜਾ ਹੈਗਾ ਡੀਐਸਪੀ ਅਵਜੋ ਭਰਤੀ ਵੀ ਕੀਤਾ ਗਿਆ ਤੋਂ ਸਿਹਤ ਸਭਾਵਾਂ ਦੇ ਸੰਭਾਲ ਦੇ ਲਈ ਵੀ 5000 ਕਰੋੜ ਦਾ ਬਜਟ ਰੱਖਿਆ ਗਿਆ ਚੀਮਾ ਨੇ ਬੋਲਦੇ ਗਏ ਕਿ 829 ਮੱਲਾਕ ਕਲੀਨਿਕ ਜਿਹੜੇ ਨੇ ਪੰਜਾਬ ਭਰ ਦੇ ਵਿੱਚ ਸਥਾਪਿਤ ਕੀਤੇ ਗਏ ਨੇ 80 ਕਿਸਮ ਦੀਆਂ ਦਵਾਈਆਂ ਤੇ ਜਿਹੜੇ ਨੇ 35 ਕਿਸਮ ਦੇ ਟੈਸਟ ਨੇ ਫ੍ਰੀ ਹੋ ਰਹੇ ਨੇ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਵੀ ਦਰਸਾਇਆ ਵੀ 1 ਕਰੋੜ ਮਰੀਜ਼ ਜਿਹੜੇ ਨੇ ਇਥੋਂ ਇਲਾਜ ਕਰਾ ਚੁੱਕੇ ਨੇ ਤੇ 31 ਲੱਖ ਲੋਕ ਜਿਹੜੇ ਨੇ ਉਹ ਟੈਸਟ ਮੁਫਤ ਕਰਾ ਚੁੱਕੇ ਨੇ ਸੋ ਮਹੱਲਾ ਕਲੀਨਿਕਾਂ ਲਈ 249 ਕਰੋੜ ਰੁਪਇਆ ਉਹਨਾਂ ਦੀ ਡਿਵੈਲਪਮੈਂਟ ਉਹਨਾਂ ਦੇ ਵਿਕਾਸ ਤੇ ਉਹਨਾਂ ਦੇ ਸੁਧਾਰ ਦੇ ਲਈ ਰੱਖਿਆ